ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬ੍ਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾਈ ਰੈਮਨ ਮਰਫੀ 4th ਐਡੀਸ਼ਨ ਸੋ ਉਸ ਦੀ ਜਿਹੜੀ ਯੂਨਿਟ ਹੈ ਉਹ ਆਪਾਂ ਕਰਨ ਜਾ ਰਹੇ ਹਾਂ 48 ਇਸ ਦੇ ਵਿੱਚ ਵੀ ਆਪਾਂ ਨੇ ਕੀ ਕਰਨਾ ਹੈ ਰਿਪੋਰਟਡ ਸਪੀਚ ਸੋ ਰਿਪੋਰਟਡ ਸਪੀਚ ਹੀ ਆਪਣੀ ਚੱਲ ਰਹੀ ਹੈ ਨਰੇਸ਼ਨਸ ਜਿਸ ਨੂੰ ਆਪਾਂ ਬੋਲਦੇ ਹਾਂ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਨਰੇਸ਼ਨਸ ਵਾਲੀ ਜਿਹੜੀ ਪਲੇਲਿਸਟ ਹੈ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਵਾਰ ਦੇਖੋ ਸਾਰੀਆਂ ਵੀਡੀਓਜ਼ ਇੱਕ ਵਾਰ ਔਰ ਰਜਿਸਟਰ ਦੇ ਉੱਪਰ ਨੋਟ ਕਰੋ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਹੋਏਗੀ ਸੋ ਫਿਲਹਾਲ ਦੇਖੋ ਗੱਲ ਕਰਦੇ ਹਾਂ ਇਸ ਯੂਨਿਟ ਦਾ ਅਸੀਂ ਸਭ ਤੋਂ ਪਹਿਲਾਂ ਸੈਕੰਡ ਪਾਰਟ ਕਰਾਂਗੇ ਫਰਸਟ ਆਪਾਂ ਨੇ ਨਹੀਂ ਕਰਨਾ ਕੋਈ ਜ਼ਰੂਰਤ ਨਹੀਂ ਸੈਕੰਡ ਪਾਰਟ ਦੇ ਵਿੱਚ ਕੀ ਕਰਨਾ ਹੈ ਦੇਖੋ ਕੰਪਲੀਟ ਦਾ ਸੈਂਟੈਂਸਸ ਵਿਦ ਸੇ অর ਟੈਲ ਆਪਾਂ ਨੇ ਜਿਹੜੇ ਬਲੈਂਕਸ ਦਿੱਤੇ ਨੇ ਉਹਨਾਂ ਦੇ ਵਿੱਚ ਜਾਂ ਤਾਂ ਸੇ ਦਾ ਯੂਜ਼ ਕਰਨਾ ਹੈ ਜਾਂ ਫਿਰ ਟੈਲ ਦਾ ਯੂਜ਼ ਕਰਨਾ ਹੈ ਇਨ ਦਾ ਕਰੈਕਟ ਫਾਰਮ ਕਰੈਕਟ ਫਾਰਮ ਦੇ ਵਿੱਚ ਕਰਨਾ ਹੈ ਕਰੈਕਟ ਫਾਰਮ ਮਤਲਬ ਕਿ ਹੋ ਸਕਦਾ ਹੈ ਕਈ ਵਾਰ ਸੇ অর ਟੈਲ ਹੈ ਜਿਹੜਾ ਇਹਨਾਂ ਨੂੰ ਸੈਡ ਯਾ ਫਿਰ ਟੋਲਡ ਵੀ ਯੂਜ਼ ਕਰਨਾ ਪੈ ਸਕਦਾ ਜੇਕਰ ਪਾਸਟ ਦੇ ਵਿੱਚ ਸੈਂਸ ਹੋਈ ਉਹ ਆਪਾਂ ਨੇ ਦੇਖਣਾ ਹੈ ਯੂਜ਼ ਓਨਲੀ ਵਨ ਵਰਡ ਈਚ ਟਾਈਮ ਸਿਰਫ ਇੱਕ ਸ਼ਬਦ ਹੀ ਇੱਕ ਵਾਰ ਕਹਿੰਦੇ ਤੁਸੀਂ ਨੇ ਲਿਖਣਾ ਉਹ ਦੇਖੋ ਕਿਸ ਤਰ੍ਹਾਂ ਕਰਨਾ ਉਹ ਆਪਾਂ ਗਲ ਕਰਦੇ ਆ ਇਹ ਆਪਾਂ ਨੂੰ ਸੈਂਟੈਂਸ ਦਿੱਤੇ ਨੇ ਔਰ ਇਹਨਾਂ ਦੇ ਵਿੱਚ ਇਹ ਜਿਹੜੇ ਬਲੈਂਕਸ ਨੇ ਇੱਥੇ ਆਪਾਂ ਸੇ ਜਾਂ ਫਿਰ ਟੈਲ ਦਾ ਯੂਜ਼ ਕਰਾਂਗੇ ਔਰ ਜੇਕਰ ਪਾਸਟ ਦੀ ਸੈਂਸ ਹੈ ਵੀ ਮੰਨ ਲਓ ਆਪਾਂ ਜਿਹੜੀ ਗੱਲ ਬੋਲ ਰਹੇ ਹਾਂ ਉਹ ਪਾਸਟ ਦੇ ਵਿੱਚ ਹੈ ਤਾਂ ਸੇ ਦਾ ਸੈੱਡ ਹੋ ਜਾਏਗਾ ਟੈਲ ਦਾ ਟੋਲਡ ਹੋ ਜਾਏਗਾ ਹੁਣ ਲਗਾਉਣੇ ਕਿਸ ਤਰ੍ਹਾਂ ਨੇ ਰੂਲਸ ਦੇਖੋ ਬਿਲਕੁਲ ਬਿਲਕੁਲ ਆਸਾਨ ਹੈ ਇੱਕ ਵਾਰ ਚ ਹੀ ਤੁਸੀਂ ਸਮਝ ਜਾਵੋਗੇ ਦੇਖੋ ਪਹਿਲੀ ਦੇਖੋ ਪੜੋ ਕੀ ਲਿਖਿਆ ਵੀ ਯੂਜ਼ ਟੈਲ ਅਸੀਂ ਟੈਲ ਦਾ ਯੂਜ਼ ਉਦੋਂ ਕਰਦੇ ਹਾਂ if we want to mention the hearer ਜੇਕਰ ਅਸੀਂ ਹਿਰਰ ਹਿਰਰ ਹੁੰਦਾ ਸੁਣਨ ਵਾਲਾ ਜੇਕਰ ਅਸੀਂ ਕਿਸੇ ਸੈਂਟੈਂਸ ਦੇ ਵਿੱਚ ਕੋਈ ਬੰਦਾ ਸੁਣਨ ਵਾਲਾ ਵੀ ਮਤਲਬ ਅੱਗੋਂ ਕੋਈ ਬੰਦਾ ਸੁਣਨ ਲੱਗ ਰਿਹਾ ਹੈ ਉਹ ਆਪਾਂ ਮੈਂਸ਼ਨ ਕਰਦੇ ਹਾਂ ਫਿਰ ਆਪਾਂ ਟੈਲ ਦਾ ਯੂਜ਼ ਕਰਾਂਗੇ ਠੀਕ ਹੈ ਨਾ ਮੈਂਸ਼ਨ ਕਿਸ ਤਰ੍ਹਾਂ ਜਾਂ ਤੁਸੀਂ ਸਿੱਧਾ ਕਹਿ ਸਕਦੇ ਹੋ ਮੰਨ ਲਓ ਜਿਹੜੀ ਬਲੈਂਕਸ ਨੇ ਬਲੈਂਕਸ ਤੋਂ ਬਾਅਦ ਤੁਰੰਤ ਬਾਅਦ ਜੇਕਰ ਆਪਾਂ ਕੋਈ ਸੁਣਨ ਵਾਲਾ ਵੀ ਜਿਹੜਾ ਬੰਦਾ ਕਿਸੇ ਮੂਰਲੇ ਦੀ ਕਹੀ ਗਈ ਗੱਲ ਉਸ ਨੂੰ ਸੁਣ ਰਿਹਾ ਹੈ ਹियरਰ ਹੈਗਾ ਫਿਰ ਆਪਾਂ ਟੈਲ ਦਾ ਯੂਜ਼ ਕਰਾਂਗੇ ਆਦਰਵਾਇਜ਼ ਆਪਾਂ ਸੇ ਜਾਂ ਫਿਰ ਸੈੱਟ ਦਾ ਯੂਜ਼ ਕਰਾਂਗੇ ਅਗਲਾ ਦੇਖੋ ਵੀ ਯੂਜ਼ ਟੈਲ ਵਿਦਆਉਟ ਐਨ ਇਨਡਾਇਰੈਕਟ ਆਬਜੈਕਟ ਇਨਡਾਇਰੈਕਟ ਆਬਜੈਕਟ ਮਤਲਬ ਕਿ ਜਿਸ ਤਰ੍ਹਾਂ ਕਿ ਹਰ ਮੀ ਹਿਮ ਥੈਮ ਇਸ ਤਰ੍ਹਾਂ ਅਸੀਂ ਬਿਨਾ ਇਨਡਾਇਰੈਕਟ ਆਬਜੈਕਟ ਤੋਂ ਵੀ ਟੈਲ ਦਾ ਯੂਜ਼ ਉਦੋਂ ਕਰਦੇ ਹਾਂ ਓਨਲੀ ਇਨ ਦਾ ਐਕਸਪ੍ਰੈਸ਼ਨ ਸਿਰਫ ਜਦੋਂ ਐਕਸਪ੍ਰੈਸ਼ਨ ਆਪਣੇ ਇਹ ਹੋਣ ਕਿ ਆਬਵੀਅਸ ਹੈ ਇਹ ਚੀਜ਼ ਸੁਣਨ ਵਾਲੀ ਹੀ ਹੈ ਵੀ ਇਸ ਨੂੰ ਕੋਈ ਨਾ ਕੋਈ ਬੰਦਾ ਸੁਣੂਗਾ ਹੀ ਜੇਕਰ ਨਹੀਂ ਸੁਣੂਗਾ ਤਾਂ ਮਤਲਬ ਕੋਈ ਕੰਮ ਦੀ ਨਹੀਂ ਜਿਸ ਤਰ੍ਹਾਂ ਕਿ ਟੈਲ ਅ ਸਟੋਰੀ ਜੇ ਮੰਨ ਲਓ ਕੋਈ ਸਟੋਰੀ ਸੁਣਾਊਗਾ ਤਾਂ ਇਹਦਾ ਮਤਲਬ ਕਿਸੇ ਦੂਸਰੇ ਨੂੰ ਸੁਣਾਊਗਾ ਹੀ ਮਤਲਬ ਸੁਣਨ ਵਾਲਾ ਜ਼ਰੂਰ ਮੌਜੂਦ ਹੋਊਗਾ ਜਾਂ ਫਿਰ ਟੈਲ ਦਾ ਟਰੁੱਥ ਜੇਕਰ ਆਪਾਂ ਮੰਨ ਲਓ ਸੱਚ ਬੋਲਾਂਗੇ ਤਾਂ ਸੱਚ ਆਪਾਂ ਜਦੋਂ ਬੋਲਾਂਗੇ ਤਾਂ ਕਿਸੇ ਨਾ ਕਿਸੇ ਨੂੰ ਬੋਲਾਂਗੇ ਹੀ ਜਾਂ ਫਿਰ ਟੈਲ ਅ ਲਾਈ ਝੂਠ ਬੋਲਾਂਗੇ ਤਾਂ ਕਿਸੇ ਨੂੰ ਬੋਲਾਂਗੇ ਹੀ ਮਤਲਬ ਸੁਣਨ ਵਾਲਾ ਜਿਹੜਾ ਹਿਰਰ ਹੈ ਉਹ ਮੌਜੂਦ ਹੋਊਗਾ ਉੱਥੇ ਆਪਾਂ ਟੈਲ ਦਾ ਯੂਜ਼ ਕਰਨਾ ਬਟ ਯੂ ਕੈਨ ਸੇ ਬਟ ਯੂ ਕੈਨ ਸੇ ਸਮਥਿੰਗ ਟੂ ਸਮਬਡੀ ਪਰ ਤੁਸੀਂ ਨੇ ਪਰ ਤੁਸੀਂ ਨੇ ਸੇ ਦਾ ਯੂਜ਼ ਉਦੋਂ ਕਰਨਾ ਇਹ ਇਹ ਜਿਹੜਾ ਸਟਰਕਚਰ ਹੈ ਇਸ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਜੇਕਰ ਆਪਣੇ ਲਵੇ ਹੈਗਾ ਖਾਲੀ ਜਗ੍ਹਾ ਮੰਨ ਲਓ ਉਸ ਦੇ ਵਿੱਚ ਸੇ ਆਊਗਾ ਜੇਕਰ ਖਾਲੀ ਜਗ੍ਹਾ ਤੋਂ ਬਾਅਦ ਸਮਥਿੰਗ ਕੁਝ ਵੀ ਹੈ ਉਸ ਤੋਂ ਬਾਅਦ ਟੂ ਲੱਗਿਆ ਹੋਇਆ ਹੈ ਕਹਿਣ ਦਾ ਮਤਲਬ ਹੈ ਟੂ ਤੋਂ ਬਾਅਦ ਉਸ ਤੋਂ ਬਾਅਦ ਬੇਸ਼ੱਕ ਕੋਈ ਸੁਣਨ ਵਾਲਾ ਹੋਵੇ ਜੇਕਰ ਇੱਕ ਵਾਰ ਮੂਰੇ ਅੱਗੇ ਟੂ ਲੱਗਿਆ ਹੋਇਆ ਉਸ ਤੋਂ ਬਾਅਦ ਬੇਸ਼ੱਕ ਕੋਈ ਹੀਰਰ ਹੋਵੇ ਤਾਂ ਆਪਾਂ ਸੇ ਜਾਂ ਸੈੱਡ ਦਾ ਹੀ ਯੂਜ਼ ਕਰਾਂਗੇ ਜਿਸ ਤਰ੍ਹਾਂ ਦੇਖੋ ਐਨ ਸੈਡ ਗੁੱਡਬਾਈ ਟੂ ਮੀ ਇੱਥੇ ਐਨ ਨੇ ਗੁੱਡਬਾਈ ਕਿਹਾ ਮੈਨੂੰ ਤਾਂ ਸੁਣਨ ਵਾਲਾ ਮੈਂ ਹੈਗਾ ਸੀ ਬਟ ਉਸ ਤੋਂ ਪਹਿਲਾਂ ਟੂ ਦਾ ਯੂਜ਼ ਕਰਿਆ ਹੋਇਆ ਉੱਥੇ ਆਪਾਂ ਟੈਲ ਦਾ ਯੂਜ਼ ਨਹੀਂ ਕਰਨਾ ਉੱਥੇ ਸੇ ਜਾਂ ਸੈੱਡ ਦਾ ਹੀ ਯੂਜ਼ ਕਰਨਾ ਇਹ ਸਟਰਕਚਰ ਦਾ ਖਾਸ ਤੌਰ ਤੇ ਧਿਆਨ ਰੱਖਣਾ ਜੇਕਰ ਸੁਣਨ ਵਾਲੇ ਤੋਂ ਪਹਿਲਾਂ ਟੂ ਦਾ ਯੂਜ਼ ਹੈ ਤਾਂ ਤੁਸੀਂ ਸੇਜ ਦਾ ਸੈੱਟ ਦਾ ਯੂਜ਼ ਕਰਨਾ ਹੈ ਆਦਰਵਾਈਜ਼ ਤੁਸੀਂ ਨੇ ਟੈਲਰ ਦਾ ਯੂਜ਼ ਕਰਨਾ ਜੇਕਰ ਕੋਈ ਸੁਣਨ ਵਾਲਾ ਹੈਗਾ ਹੁਣ ਇਹ ਤਾਂ ਰੂਲਸ ਹੋ ਗਏ ਇੱਕ ਬਿਲਕੁਲ ਸਿੰਪਲ ਜੀ ਗੱਲ ਯਾਦ ਰੱਖਿਓ ਸਾਰੀ ਐਕਸਰਸਾਈਜ਼ ਦੇ ਵਿੱਚ ਇਸ ਬਲੈਂਕ ਤੋਂ ਬਾਅਦ ਇਸ ਬਲੈਂਕ ਤੋਂ ਬਾਅਦ ਜੇਕਰ ਕੋਈ ਡਾਇਰੈਕਟ ਸੁਣਨ ਵਾਲਾ ਹੈਗਾ ਆਪਾਂ ਨੂੰ ਪਤਾ ਚੱਲੂਗਾ ਕਿ ਹਾਂ ਇਹ ਇਹ ਸੁਣੂਗਾ ਗੱਲ ਵੀ ਜੇਕਰ ਇਹ ਗੱਲ ਕਹੀ ਜਾਊਗੀ ਤਾਂ ਇਹ ਗੱਲ ਸੁਣਨ ਵਾਲਾ ਹੈਗਾ ਫੇਰ ਤਾਂ ਉੱਥੇ ਟੈਲ ਜਾਂ ਟੋਲ ਦਾ ਯੂਜ਼ ਕਰਨਾ ਹੈ ਆਦਰਵਾਈਜ਼ ਤੁਸੀਂ ਨੇ ਸੇ ਜਾਂ ਫਿਰ ਸੈੱਟ ਦਾ ਯੂਜ਼ ਕਰਨਾ ਹੈ ਔਰ ਇਹ ਵਾਲਾ ਸਟਰਕਚਰ ਤੁਸਨੇ ਯਾਦ ਰੱਖਣਾ ਜਿਸ ਤਰ੍ਹਾਂ ਦੇਖੋ ਕਰਦੇ ਕਰਦੇ ਵਧੀਆ ਸਮਝੋਗੇ ਫਰਸਟ ਚ ਕੀ ਕਹਿ ਰਿਹਾ ਐ ਐਨ ਗੁੱਡਬਾਈ ਟੂ ਮੀ ਐਂਡ ਲੈਫਟ ਐਨ ਨੇ ਮੈਨੂੰ ਗੁੱਡਬਾਈ ਕਿਹਾ ਅਤੇ ਚਲੀ ਗਈ ਦੇਖੋ ਗੁੱਡਬਾਈ ਕਿਸ ਨੂੰ ਕਿਹਾ ਉਸਨੇ ਮੈਨੂੰ ਕਿਹਾ ਮਤਲਬ ਮੈਂ ਸੁਣਨ ਵਾਲਾ ਮੈਂ ਹੈਗਾ ਸੀਗਾ ਬਟ ਉਸ ਤੋਂ ਪਹਿਲਾਂ ਟੂ ਦਾ ਯੂਜ਼ ਕੀਤਾ ਗਿਆ ਜੋ ਕਿ ਸਟਰਕਚਰ ਆਪਾਂ ਨੇ ਤੁਹਾਨੂੰ ਦੱਸਿਆ ਇਸ ਲਈ ਇੱਥੇ ਆਪਾਂ ਸੇ ਜਾਂ ਸੈੱਟ ਦਾ ਯੂਜ਼ ਕਰਾਂਗੇ ਹੁਣ ਆਪਾਂ ਸੈੱਟ ਦਾ ਯੂਜ਼ ਕਿਉਂ ਕਰਾਂਗੇ ਸੇ ਨਹੀਂ ਸੈਡ ਕਿਉਂਕਿ ਇਹ ਪਾਸਟ ਦੀ ਸੈਂਸ ਹੈ ਐਨ ਗੁੱਡ ਬਾਏ ਮੀ ਐਂਡ ਲੈਫਟ ਅਤੇ ਚਲੀ ਗਈ ਮਤਲਬ ਕਿ ਗੁੱਡ ਬਾਏ ਵੀ ਉਸਨੇ ਕਹਿ ਦਿੱਤਾ ਤਾਂ ਆਏਗਾ ਸੈਡ ਅਗਲਾ ਦੇਖੋ ਅਗਲੇ ਦੇ ਵਿੱਚ ਕੀ ਕਹਿ ਰਿਹਾ ਦੂਸਰੇ ਦੇ ਵਿੱਚ ਅਸ ਇਹ ਖਾਲੀ ਥਾਂ ਹੈ ਹਜੇ ਆਪਾਂ ਨੂੰ ਕੁਝ ਨਹੀਂ ਪਤਾ ਪੂਰਾ ਪੜ੍ਹ ਕੇ ਪਤਾ ਚੱਲੂ ਅਸ ਅਬਾਊਟ ਯੋਰ ਹੌਲੀਡੇ ਅੱਗੇ ਕੀ ਕਹਿ ਰਿਹਾ ਡਿਡ ਯੂ ਹੈਵ ਅ ਨਾਈਸ ਟਾਈਮ ਕੀ ਤੁਹਾਡਾ ਸਮਾਂ ਬਦਿਆ ਬਤੀਤ ਹੋਇਆ ਤਾਂ ਇਹਦਾ ਮਤਲਬ ਆਪਾਂ ਕਿਸੇ ਨੂੰ ਸਮਾਂ ਬਤੀਤ ਹੋਏ ਦੇ ਬਾਰੇ ਪੁੱਛ ਰਹੇ ਹਾਂ ਤਾਂ ਇਹਦਾ ਮਤਲਬ ਆਪਾਂ ਪੁੱਛ ਰਹੇ ਹਾਂ ਮਤਲਬ ਉਸ ਤੋਂ ਅਸ ਅਬਾਊਟ ਯੋਰ ਹੌਲੀਡੇ ਕਿਸ ਮੈਨੂੰ ਆਪਣੇ ਹੌਲੀਡੇਜ਼ ਦੇ ਬਾਰੇ ਸਾਨੂੰ ਸੌਰੀ ਸਾਨੂੰ ਆਪਣੇ ਹੌਲੀਡੇਜ਼ ਦੇ ਬਾਰੇ ਦੱਸੋ ਮਤਲਬ ਕਿ ਕਿਸ ਨੂੰ ਦੱਸੋ ਅਸ ਸਾਨੂੰ ਦੱਸੋ ਹਿਰਰ ਆਪਾਂ ਸੁਣਨ ਵਾਲੇ ਹੈਗੇ ਆ ਅਸ ਸਾਨੂੰ ਦੱਸੋ ਇਸ ਲਈ ਇੱਥੇ ਆਏਗਾ ਟੈਲ ਹੁਣ ਇੱਥੇ ਆਏਗਾ ਸਿਰਫ ਟੈਲ ਟੋਲਡ ਨਹੀਂ ਟੈਲ ਕਿਉਂ ਆਏਗਾ ਕਿਉਂਕਿ ਐਂਡਲੇ ਦੇ ਵਿੱਚ ਲਿਖਿਆ ਹੋਇਆ ਹੈ ਡਿਡ ਯੂ ਹੈਵ ਅ ਨਾਈਸ ਟਾਈਮ ਕੀ ਤੁਹਾਡਾ ਸਮਾਂ ਜਿਹੜਾ ਉਹ ਵਧੀਆ ਬਤੀਤ ਹੋਇਆ ਮਤਲਬ ਕਿ ਇਹ ਪਾਸਟ ਦੇ ਵਿੱਚ ਹੈ ਕਿਉਂਕਿ ਸਮਾਂ ਜਿਹੜਾ ਉਸ ਦਾ ਉਹ ਲੰਘ ਚੁੱਕਿਆ ਹੌਲੀਡੇਜ਼ ਨੇ ਜਿਹੜੇ ਉਸ ਦੇ ਉਹ ਲੰਘ ਚੁੱਕੇ ਉਹ ਬਿਤਾ ਚੁੱਕਿਆ ਤੇ ਹੁਣ ਆਪਾਂ ਉਸ ਤੋਂ ਪ੍ਰੈਜ਼ੈਂਟ ਚ ਪੁੱਛ ਰਹੇ ਹਾਂ ਕਿ ਟੈਲ ਅਸ ਅਬਾਊਟ ਯਰ ਹੌਲੀਡੇਜ਼ ਆਸਾਨੂੰ ਆਪਣੇ ਹੌਲੀਡੇਜ਼ ਦੇ ਬਾਰੇ ਦੱਸੋ ਕੀ ਤੁਹਾਡਾ ਸਮਾਂ ਵਧੀਆ ਬਤੀਤ ਹੋਇਆ ਪਾਸਟ ਦੇ ਵਿੱਚ ਤਾਂ ਕਰਕੇ ਇੱਥੇ ਟੈਲ ਆਏਗਾ ਟੋਲਡ ਨਹੀਂ ਆਏਗਾ 3rd don't just stand there ਕਹਿੰਦਾ ਐਵੇਂ ਨਾ ਖੜੋ ਸਮਥਿੰਗ ਮਤਲਬ ਕੁਝ ਨਾ ਕੁਝ ਬੋਲੋ ਹੁਣ ਇੱਥੇ ਬੋਲਣ ਵਾਲਾ ਮਤਲਬ ਸੁਣਨ ਵਾਲਾ ਕੋਈ ਨਹੀਂ ਹੈਗਾ ਇੱਥੇ ਦੇਖੋ ਸਮਥਿੰਗ ਹੈ ਬਲੈਂਕ ਤੋਂ ਬਾਅਦ ਸਮਥਿੰਗ ਹੈ ਆਪਾਂ ਸਿਰਫ ਇਹ ਕਹਿ ਰਹੇ ਆ ਕੁਝ ਨਾ ਕੁਝ ਬੋਲੋ ਮਤਲਬ ਇਹ ਨਹੀਂ ਆਪਾਂ ਕਹਿ ਰਹੇ ਵੀ ਮੀ ਮਤਲਬ ਇੱਥੇ ਜੇਕਰ ਮੀ ਹੁੰਦਾ ਵੀ ਮਤਲਬ ਮੈਨੂੰ ਕੁਝ ਨਾ ਕੁਝ ਦੱਸੋ ਫਿਰ ਤਾਂ ਟੈਲ ਆਉਂਦਾ ਤਾਂ ਸੇ ਸਮਥਿੰਗ ਸੇ ਸਮਥਿੰਗ ਕਿਉਂਕਿ ਪ੍ਰੈਜ਼ੈਂਟ ਦੇ ਵਿੱਚ ਹੈ ਡੋਂਟ ਜਸਟ ਸਟੈਂਡ देयर ਸੇ ਸਮਥਿੰਗ ਸਤਰੀ ਨਾ ਕਹਿੰਦਾ ਖੜੋ ਕੁਝ ਨਾ ਕੁਝ ਬੋਲੋ ਚੌਥਾ ਆਈ ਵੰਡਰ ਵੇਅਰ ਸਵੀ ਇਜ਼ ਕਹਿੰਦਾ ਮੈਂ ਹੈਰਾਨ ਹਾਂ ਸੂਈ ਕਿੱਥੇ ਹੈ ਸ਼ੀ ਸ਼ੀ ਵੁੱਡ ਬੀ ਹੇਅਰ ਐਟ 8:00 ਇਹ ਚੀਜ਼ ਬਹੁਤ ਸਮਝਣ ਵਾਲੀ ਹੈ ਕਈ ਨਾ ਬੱਚੇ ਇਹ ਸਮਝਣਗੇ ਕਿ ਸ਼ੀ ਹੈ ਬਲੈਂਕ ਆ ਗਈ ਉਸ ਤੋਂ ਬਾਅਦ ਸ਼ੀ ਮਤਲਬ ਕਿ ਹੇਅਰ ਆ ਗਿਆ ਇੱਥੇ ਸ਼ੀ ਹੈ ਨਾ ਹੁਣ ਜੇਕਰ ਤੁਸੀਂ ਦੇਖੋ ਇਹ ਹੀਰਰ ਸੁਣਨ ਵਾਲਾ ਨਹੀਂ ਹੈਗਾ ਕਿਉਂਕਿ ਜਿਹੜਾ ਏ ਸ਼ੀ ਹੈ ਏ ਸ਼ੀ ਵੀ ਇਸ ਦੇ ਲਈ ਹੀ ਯੂਜ਼ ਕੀਤਾ ਗਿਆ ਹੈ ਜਿਹੜਾ ਏ ਸ਼ੀ ਹੈ ਇਹ ਆਪਾਂ ਸੂਈ ਦੇ ਲਈ ਯੂਜ਼ ਕੀਤਾ ਕਿ ਉਸ ਨੇ ਕਿਹਾ ਸੀ ਕਿ ਉਹ 8 ਵਜੇ ਤੱਕ ਇੱਥੇ ਹੋਵੇਗੀ ਮਤਲਬ ਏ ਸ਼ੀ ਹੈ ਇਹ ਵੀ ਸੂਈ ਦੇ ਲਈ ਹੈ ਏ ਸ਼ੀ ਇਹ ਵੀ ਸੂਈ ਦੇ ਲਈ ਹੈ ਮਤਲਬ ਕਿ ਆਪਾਂ ਕਹਾਂਗੇ ਸ਼ੀ ਸੈਡ ਉਸ ਨੇ ਕਿਹਾ ਕਿ ਉਹ ਇਹ ਵੀ ਜਿਹੜਾ ਉਹ ਹੈ ਸ਼ੀ ਇਸੇ ਦੇ ਲਈ ਹੀ ਹੈ ਉਸਨੇ ਕਿਹਾ ਕਿ ਉਹ 8 ਵਜੇ ਤੱਕ would be here at 8 o'clock 8 ਵਜੇ ਤੱਕ ਇੱਥੇ ਹੋਵੇਗੀ ਮਤਲਬ ਇਹ ਸੂਈ ਦੀ ਸਟੇਟਮੈਂਟ ਹੈ ਸੂਈ ਨੇ ਇਹ ਗੱਲ ਆਪਾਂ ਇਹ ਨਹੀਂ ਇੱਥੇ ਮੈਂਸ਼ਨ ਕਰ ਰਹੇ ਕਿ ਸੂਈ ਨੇ ਕਿਸੇ ਨੂੰ ਕਿਹਾ ਹਾਂ ਜੇਕਰ ਇੱਥੇ ਹੁੰਦਾ she ਉਸ ਤੋਂ ਬਾਅਦ ਇੱਥੇ me ਹੁੰਦਾ me ਜੋ ਇੱਥੇ us ਹੁੰਦਾ ਕਿ ਉਸਨੇ ਸਾਨੂੰ ਕਿਹਾ ਸੀ ਫਿਰ ਆਪਾਂ ਕਹਿੰਦੇ she told me she told us ਇਸ ਤਰ੍ਹਾਂ ਬਟ ਇੱਥੇ ਸ਼ੀ ਸੈਡ ਸ਼ੀ ਊਡ ਬੀ ਹੇਅਰ ਐਟ 8:00 ਕਿ ਉਹ 8 ਵਜੇ ਤੱਕ ਇੱਥੇ ਹੋਵੇਗੀ ਔਰ ਦੂਸਰਾ ਇਸ ਸੈਡ ਕਿਉਂ ਆਇਆ ਕਿਉਂਕਿ ਆਪਾਂ ਇਹ ਦੱਸ ਰਹੇ ਹਾਂ ਹੁਣ ਤਾਂ ਇਸ ਟਾਈਮ ਆਪਾਂ ਗੱਲ ਕਰ ਰਹੇ ਹਾਂ ਪ੍ਰੈਜ਼ੈਂਟ ਦੀ ਕਿ ਆਈ ਵੰਡਰ ਵੇਅਰ ਸੂਈ ਇਜ਼ ਕਿ ਮੈਨੂੰ ਹੈਰਾਨਗੀ ਹੈ ਕਿ ਸੂਈ ਕਿੱਥੇ ਹੈ ਕਿ ਹਾਲੇ ਤੱਕ ਇੱਥੇ ਕਿਉਂ ਨਹੀਂ ਆਈ ਕਿਉਂਕਿ ਉਸਨੇ ਮੈਨੂੰ ਕਿਹਾ ਸੀ ਜਿਹੜੀ ਗੱਲ ਉਸਨੇ ਕਹੀ ਸੀ ਉਹ ਤਾਂ ਪਾਸਟ ਦੇ ਵਿੱਚ ਕਹੀ ਸੀ ਨਾ ਉਸਨੇ ਇਹ ਸਟੇਟਮੈਂਟ ਦਿੱਤੀ ਸੀ ਪਾਸਟ ਦੇ ਵਿੱਚ ਕਿ ਮੈਂ 8 ਵਜੇ ਤੱਕ ਇੱਥੇ ਹੋਵਾਂਗੀ ਆ ਜਾਾਂਗੀ ਬਟ ਉਹ ਹੈ ਨਹੀਂ ਇਸ ਲਈ ਆਪਾਂ ਉਸ ਦੀ ਸਟੇਟਮੈਂਟ ਦੱਸ ਰਹੇ ਹਾਂ ਕਿ ਸ਼ੀ ਸੈਡ ਕਿ ਉਸਨੇ ਕਿਹਾ ਸੀ ਸ਼ੀ ਊਡ ਬੀ ਹੇਅਰ ਐਟ 8:00 ਕਿ 8 ਵਜੇ ਤੱਕ ਇੱਥੇ ਹੋਵੇਗੀ ਪੰਜਵਾਂ ਥੈਨ ਡੈਸ਼ ਮੀ ਥੈਟ ਹੀ ਵਾਸ ਬੋਰਡ ਵਿਦ ਹਿਸ ਜੌਬ ਡੈਨ ਨੇ ਮੈਨੂੰ ਕਿਹਾ ਕਿ ਉਹ ਆਪਣੀ ਜੌਬ ਤੋਂ ਪਰੇਸ਼ਾਨ ਆ ਗਿਆ ਸੀਗਾ ਪਾਸਟ ਦੇ ਵਿੱਚ ਹੈ ਵਾਸ ਬੋਰਡ ਹੁਣ ਦੇਖੋ ਡਾਇਰੈਕਟ ਹੀਅਰ ਸੁਣਨ ਵਾਲਾ ਹੈਗਾ ਡੈਨ ਨੇ ਕਿਹਾ ਸੀ ਕਿਸ ਨੂੰ ਮੈਨੂੰ ਕਿਹਾ ਸੀ ਤਾਂ ਕਰਕੇ ਟੋਲਡ ਕਿਉਂ ਕਿਉਂਕਿ ਡੈਨ ਨੇ ਕਿਹਾ ਸੀ ਪਾਸਟ ਦੀ ਗੱਲ ਹੈ ਡੈਨ ਟੋਲਡ ਮੀ ਥੈਟ ਹੀ ਵਾਸ ਬੋਰਡ ਵਿਦ ਹਿਸ ਜੌਬ ਸ਼ੇਮਾ ਦਾ ਡਾਕਟਰ ਡੈਸ਼ ਉਹ ਤੋਂ ਬਾਅਦ ਦੈਟ ਇੱਥੇ ਡਾਇਰੈਕਟ ਕੋਈ ਹੀਅਰਰ ਦੇਖੋ ਸੁਣਨ ਵਾਲਾ ਨਹੀਂ ਹੈਗਾ ਇਹ ਸਿਰਫ ਇੱਕ ਡਾਕਟਰ ਦੀ ਸਟੇਟਮੈਂਟ ਹੈ ਕਿ ਡਾਕਟਰ ਨੇ ਕਿਹਾ ਦ ਡਾਕਟਰ ਦੈਟ ਡੈਸ਼ ਆ ਗਿਆ ਇੱਥੇ ਪਹਿਲੀ ਆਪਾਂ ਲਗਾ ਦਿੰਨੇ ਇੱਥੇ ਸੈਡ ਆਏਗਾ ਦ ਡਾਕਟਰ ਸੈਡ ਕਿਉਂਕਿ ਡਾਕਟਰ ਇਹ ਗੱਲ ਕਹਿ ਚੁੱਕਿਆ ਹੈ ਨਾ ਆਪਾਂ ਬਾਅਦ ਦੇ ਵਿੱਚ ਹੀ ਫੇਰ ਹੀ ਦੱਸਾਂਗੇ ਜੇ ਡਾਕਟਰ ਆਪਾਂ ਨੂੰ ਕੋਈ ਗੱਲ ਕਰਨ ਲਈ ਕਹੇਗਾ ਆਪਾਂ ਜਦੋਂ ਬਾਅਦ ਦੇ ਵਿੱਚ ਦੱਸਾਂਗੇ ਕਿ ਡਾਕਟਰ ਨੇ ਕਿਹਾ ਸੀ ਹਨਾ ਤਾਂ ਡਾਕਟਰ ਤਾਂ ਕਹਿ ਚੁੱਕਿਆ ਉਹ ਗੱਲ ਤਾਂ ਕਰਕੇ ਸੈਡ ਦ ਡਾਕਟਰ ਸੈਡ ਦੈਟ ਡਾਕਟਰ ਨੇ ਕਿਹਾ ਆਈ ਸ਼ੁੱਡ ਰੈਸਟ ਫਾਰ ਐਟ ਲੀਸਟ ਅ ਵੀਕ ਕਿ ਮੈਨੂੰ ਇੱਕ ਹਫਤੇ ਲਈ ਰੈਸਟ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ ਸੱਤਵਾਂ ਦੇਖੋ ਡੋਂਟ ਐਨੀਬਾਡੀ ਵਟ ਆਈ ਉਸ ਤੋਂ ਬਾਅਦ ਫੁੱਲ ਸਟਾਪ ਦੇਖੋ ਡੋਂਟ ਐਨੀਬਾਡੀ ਵੀ ਮਤਲਬ ਕਿਸੇ ਨੂੰ ਵੀ ਨਾ ਦੱਸੋ ਐਨੀਬਾਡੀ ਇੱਥੇ ਕੌਣ ਹੈ ਸੁਣਨ ਵਾਲਾ ਹੀਰ ਰਹੇਗਾ ਤਾਂ ਡੋਂਟ ਕਿਉਂਕਿ ਡੂ ਨਾਟ ਹੈ ਤਾਂ ਕਰਕੇ ਟੈਲ डोंट टेल एनीबॉडी व्हाट आई फुल स्टॉप पीछे कोई सुनने वाला नहीं व्हाट आई सेड ਵੀ ਜੋ ਕੁਝ ਵੀ ਮੈਂ ਕਿਹਾ ਉਹ ਕਿਸੇ ਨੂੰ ਨਾ ਦੱਸੋ ਕਿਉਂਕਿ ਕਹਿ ਤਾ ਉਹ ਪਹਿਲਾਂ ਚੁੱਕਿਆ ਬਾਅਦ ਦੇ ਵਿੱਚ ਕਹਿ ਰਿਹਾ ਵੀ ਕਿਸੇ ਨੂੰ ਅੱਗੇ ਨਾ ਦੱਸੀ ਜੋ ਮੈਂ ਤੈਨੂੰ ਕਹਿ ਚੁੱਕਿਆ ਇਟਸ ਅ ਸਿਕਰੇਟ ਅਸ ਇਟ ਇਟ ਆਪਣਾ ਸੌਰੀ ਇਟ ਇਜ਼ ਅ ਸਿਕਰੇਟ ਜਸਟ ਬੀਟਵੀਨ ਅਸ ਇਹ ਸਾਡੇ ਵਿੱਚ ਇੱਕ ਸਿਕਰੇਟ ਹੈ ਅੱਠਵਾਂ ਡਿਡ ਸ਼ੀ ਯੂ ਵਾਟ ਹੈਪਨਡ ਕੀ ਉਸਨੇ ਤੁਹਾਨੂੰ ਦੱਸਿਆ ਕਿ ਕੀ ਗੱਲ ਹੋਈ ਡਿਡ ਸ਼ੀ ਇੱਥੇ ਸ਼ੀ ਹੈ ਡਿਡ ਸ਼ੀ ਇਥੇ ਯੂ ਹੈ ਰ ਹੈਗਾ ਸੁਨਣ ਵਾਲਾ ਇਹ ਕੋਈ ਹੋਰ ਹੈ ਇਹ ਕੋਈ ਹੋਰ ਹੈ ਤਾਂ ਡਿਡ ਹੈ ਤਾਂ ਕਰਕੇ ਫਸਟ ਫਾਰਮ ਡਿਡ ਸ਼ੀ ਟੈਲ ਯੂ ਵਟ ਹੈਪਨ ਕਿ ਉਸਨੇ ਤੁਹਾਨੂੰ ਦੱਸਿਆ ਕਿ ਕੀ ਗੱਲ ਹੋ ਗਈ ਤਾਂ ਅੱਗੇ ਕਹਿੰਦਾ 노 ਸ਼ੀ ਡਿਡਨਟ ਐਨੀਥਿੰਗ ਟੂ ਮੀ ਦੇਖੋ ਐਨੀਥਿੰਗ ਸਮਥਿੰਗ ਆ ਗਿਆ ਟੂ ਆ ਗਿਆ ਮੀ ਹੇਰ ਹੈ ਰ ਹੈਗਾ ਉਸ ਤੋਂ ਪਹਿਲਾਂ ਟੂ ਲੱਗਿਆ ਹੋਇਆ ਤਾਂ ਕਰਕੇ ਸੇ ਸ਼ੀ ਡਿਡਨਟ ਸੇ ਐਨੀਥਿੰਗ ਟੂ ਮੀ ਨੋਮਾ ਗੈਰੀ ਕੁਡਨਟ ਹੈਲਪ ਮੀ ਗੈਰੀ ਮੇਰੀ ਮਦਦ ਨਹੀਂ ਕਰ ਸਕਿਆ ਹੀ ਮੀ ਟੂ ਆਸਕ ਕ੍ਰਿਸ ਉਸਨੇ ਮੈਨੂੰ ਕਿਹਾ ਕਿ ਕ੍ਰਿਸ ਨੂੰ ਪੁੱਛ ਲਓ ਮਤਲਬ ਕਿ ਮਦਦ ਵਾਸਤੇ ਡਾਇਰੈਕਟ ਹਿਅਰਰ ਮੀ ਆ ਗਿਆ ਹੀ ਉਸਨੇ ਕਿਹਾ ਕਿਸ ਨੂੰ ਮੈਨੂੰ ਤਾਂ ਹੀ ਟੋਲਡ ਮੀ ਉਸਨੇ ਮੈਨੂੰ ਕਿਹਾ ਕਿ ਕ੍ਰਿਸ ਤੋਂ ਪੁੱਛ ਲਓ ਬਟ ਦਸਵੇਂ ਦੇ ਵਿੱਚ ਦੇਖੋ ਇਹ ਵੀ ਸੇਮ ਹੈ ਗੈਰੀ ਕੁਡਨਟ ਹੈਲਪ ਮੀ ਗੈਰੀ ਮੇਰੀ ਮਦਦ ਨਹੀਂ ਕਰ ਸਕਿਆ ਹੀ ਟੂ ਆਸਕ ਕ੍ਰਿਸ ਉਸਨੇ ਕਿਹਾ ਕਿ ਕ੍ਰਿਸ ਤੋਂ ਪੁੱਛੋ ਇੱਥੇ ਡਾਇਰੈਕਟ ਕੋਈ ਦੇਖੋ ਹਿਰਰ ਮੈਂਸ਼ਨ ਨਹੀਂ ਕੀਤਾ ਗਿਆ ਬਾਕੀ 2 ਆ ਗਿਆ 2 ਤੋਂ ਪਹਿਲਾਂ ਆਪਾਂ ਸੈਡ ਦਾ ਯੂਜ਼ ਕਰਾਂਗੇ ਹੀ ਸੈਡ ਟੂ ਆਸਕ ਕ੍ਰਿਸ ਦੇਖੋ ਬਿਲਕੁਲ ਆਸਾਨ ਹੈ ਇੱਕ ਚੀਜ਼ ਯਾਦ ਰੱਖਣੀ ਹੈ ਬਲੈਂਕ ਤੋਂ ਬਾਅਦ ਜੇਕਰ ਕੋਈ ਡਾਇਰੈਕਟ ਸੁਣਨ ਵਾਲਾ ਹੈਗਾ ਫਿਰ ਤਾਂ ਟੈਲ ਜਾਂ ਟੋਲਡ ਦਾ ਯੂਜ਼ ਹੋਊਗਾ ਅਕੋਰਡਿੰਗ ਟੂ ਸੈਂਸ ਪਾਸਟ ਜਾਂ ਪ੍ਰੈਜ਼ੈਂਟ ਦੇ ਵਿੱਚ ਜੇਕਰ ਕੋਈ ਡਾਇਰੈਕਟ ਹਿਰਰ ਨਹੀਂ ਹੈਗਾ ਤਾਂ ਉੱਥੇ ਆਪਾਂ 6 ਜਾਂ ਫਿਰ ਸੈੱਟ ਦਾ ਯੂਜ਼ ਕਰਾਂਗੇ ਸੋ ਏਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ 2nd ਐਂਡ ਅੱਗੇ ਦੇਖੋ ਹੁਣ ਆਪਣੀ ਇਸ ਯੂਨਿਟ ਦਾ ਆਪਾਂ ਲਾਸਟ ਪਾਰਟ ਕਰਦੇ ਆ 3rd ਪਾਰਟ ਕਰਾਂਗੇ ਦੇਖੋ ਬਿਲਕੁਲ ਸਾਨ ਹੈ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਤਾਂ ਦੇਖੋ ਇਹਨਾਂ ਨੇ ਕੀ ਲਿਖਿਆ ਉੱਪਰ ਸਭ ਤੋਂ ਦ ਫੋਲੋਇੰਗ ਸੈਂਟੈਂਸਸ ਆਰ ਡਾਇਰੈਕਟ ਸਪੀਚ ਜਿਹੜੇ ਉੱਪਰ ਫੋਲੋਇੰਗ ਸੈਂਟੈਂਸਸ ਨੇ 1 2 3 4 5 6 7 8 ਐਂਡ 9 ਨੌ ਸੈਂਟੈਂਸ ਨੇ ਔਰ ਇਹ ਕੀ ਨੇ ਡਾਇਰੈਕਟ ਸਪੀਚ ਦੇ ਵਿੱਚ ਨੇ ਮਤਲਬ ਜਿਹੜਾ ਬੰਦਾ ਬੋਲ ਰਿਹਾ ਹੈ ਡਾਇਰੈਕਟ ਐਜ਼ ਇਟ ਉਸਦੇ ਇਹ ਮਤਲਬ ਵਰਡ ਨੇ ਜਿਸ ਤਰ੍ਹਾਂ ਕਿ ਡੋਂਟ ਵੇਟ ਫॉर ਮੀ ਇਫ ਆਈ ਏਮ ਲੇਟ ਮਤਲਬ ਜੋ ਕੁਝ ਜਿਸ ਨੇ ਬੋਲਿਆ ਉਸੇ ਤਰ੍ਹਾਂ ਲਿਖਿਆ ਹੋਇਆ ਪਲੀਜ਼ ਸਲੋ ਡਾਉਨ ਕਿਸੇ ਨੂੰ ਕਹਿ ਰਿਹਾ ਪਲੀਜ਼ ਸਲੋ ਡਾਉਨ ਹੌਲੀ ਚੱਲੋ ਹਰੀ ਅਪ ਔਰ ਉਸ ਤੋਂ ਬਾਅਦ ਮਾਈਂਡ ਯਰ ਔਨ ਬਿਜ਼ਨਸ ਕੈਨ ਯੂ ਓਪਨ ਯਰ ਬੈਗ ਪਲੀਜ਼ ਵਿਲ ਯੂ ਮੈਰੀ ਮੀ ਡੋਂਟ ਵਰੀ ਸੂਈ ਕੁਡ ਯੂ ਗੈਟ ਮੀ ਅ ਪੇਪਰ Do you think you could give me a hand, Tom? सारे मतलब डायरेक्ट स्पीच ने जिस तरह जिसने बोले ਉਸੇ ਤਰ੍ਹਾਂ ਲਿਖੇ ਹੋਏ ਨੇ ਹੁਣ ਆਪਾਂ ਨੇ نیچے ਕੀ ਕਰਨਾ ਹੈ ਇਹਨਾਂ ਦਾ ਨਾਉ ਚੂਜ਼ ਵਨ ਆਫ ਥੀਸ ਟੂ ਕੰਪਲੀਟ ਈਚ ਆਫ ਦਾ ਸੈਂਟੈਂਸਸ ਜਿਹੜੇ ਇਹ ਸੈਂਟੈਂਸ ਨੇ ਇਹ ਸਿਰਫ ਜਿੱਥੇ ਬਲੈਕ ਬਲੈਕ ਨਾਲ ਲਿਖੇ ਹੋਏ ਨੇ ਉੱਥੇ ਤੱਕ ਇਹਨਾਂ ਨੇ ਆਪਾਂ ਦਿੱਤੇ ਨੇ ਇਹ ਬਲੂ ਨਾਲ ਆਪਾਂ ਨੇ ਕੰਪਲੀਟ ਕਰਨੇ ਨੇ ਮੈਂ ਪਹਿਲਾਂ ਤੋਂ ਕਰ ਦਿੱਤੇ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਇਹਦੇ ਬਲੈਕ ਵਾਲੇ ਜਿੱਥੇ ਤੱਕ ਲਿਖੇ ਨੇ ਉਦੋਂ ਅੱਗੇ ਆਪਾਂ ਨੇ ਕੰਪਲੀਟ ਕਰਨਾ ਹੈ ਔਰ ਉੱਪਰੋਂ ਇਹਨਾਂ ਚੋਂ ਚੂਜ਼ ਕਰਨਾ ਹੈ ਅਕੋਰਡਿੰਗ ਟੂ ਏਸ ਸੈਂਟੈਂਸ ਦੀ ਸੈਂਸ ਦੇ ਮੁਤਾਬਕ ਯੂਜ਼ ਰਿਪੋਰਟਡ ਸਪੀਚ ਇੱਥੇ ਆ ਕੇ ਆਪਾਂ ਨੇ ਰਿਪੋਰਟਡ ਸਪੀਚ ਹੈ ਜਿਹੜੀ ਉਹ ਕਰ ਦੇਣੀ ਹੈ ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਹੈ ਇਸ ਦੇ ਵਿੱਚ ਆਪਾਂ ਨੇ ਯੂਜ਼ ਕਰਨਾ ਹੈ ਟੂ ਇਨਫਿਨੀਟਿਵ ਦੇਖੋ ਵੀ ਆਲਸੋ ਯੂਜ਼ ਦ ਇਨਫਿਨੀਟਿਵ ਮਤਲਬ ਕਿ ਟੂ ਪਲੱਸ ਵਰਬ ਦੀ ਫਰਸਟ ਫਾਰਮ ਕਦੋਂ ਯੂਜ਼ ਕਰਨੀ ਆਪਾਂ ਨੇ ਇਨ ਰਿਪੋਰਟਡ ਸਪੀਚ ਰਿਪੋਰਟਡ ਸਪੀਚ ਦੇ ਵਿੱਚ ਆਪਾਂ ਟੂ ਪਲਸ ਵਰਬ ਦੀ ਫਰਸਟ ਫਾਰਮ ਯੂਜ਼ ਕਰਦੇ ਆ ਸਪੈਸ਼ਲੀ ਵਿਦ ਟੈਲ ਐਂਡ ਆਸਕ ਸਪੈਸ਼ਲੀ ਟੈਲ ਅਤੇ ਆਸਕ ਜਿਹੜੀ ਫਾਰਮ ਹੈ ਇਸ ਦੇ ਨਾਲ ਜਿਸ ਤਰ੍ਹਾਂ ਕਿ ਆਰਡਰ ਦੇ ਜਾਂ ਰਿਕੁਐਸਟ ਦੇ ਲਈ ਆਪਾਂ ਦੋਨੋਂ ਫਾਰਮਸ ਇਹ ਯੂਜ਼ ਕਰਦੇ ਆ ਮੋਸਟਲੀ ਕੀ ਹੁੰਦਾ ਜਿਹੜੀ ਆਸਕ ਹੈ ਆਸਕ ਫਾਰਮ ਜਦੋਂ ਆਪਾਂ ਕਿਸੇ ਨੂੰ ਰਿਕੁਐਸਟ ਕਰਦੇ ਆ ਉਦੋਂ ਆਪਾਂ ਆਸਕ ਦਾ ਯੂਜ਼ ਕਰਦੇ ਆ ਉਹਦਾ ਆਸਕਡ ਦਾ ਯੂਜ਼ ਕਰਾਂਗੇ ਔਰ ਜਦੋਂ ਕਿਸੇ ਨੂੰ ਆਪਾਂ ਆਰਡਰ ਟਾਈਪ ਦੇਣਾ ਹੋਵੇ ਕੁਝ ਕਹਿਣਾ ਹੋਵੇ ਉਦੋਂ ਆਪਾਂ ਟੈਲ ਫਾਰਮ ਆ ਜਿਹੜੀ ਉਸ ਦਾ ਯੂਜ਼ ਕਰਾਂਗੇ ਔਰ ਸਟਰਕਚਰ ਆਪਾਂ ਨੇ ਕੀ ਬਣਾਉਣਾ ਹੈ ਜਦੋਂ ਆਪਾਂ ਖੁਦ ਬਣਾਵਾਂਗੇ ਇੱਧਰ ਸਭ ਤੋਂ ਪਹਿਲਾਂ ਤਾਂ ਦੇਖੋ ਜਾਂ ਤਾਂ ਆਈ ਹੋਏਗਾ ਹੀ ਹੋਏਗਾ ਜਾਂ ਕੋਈ ਵੀ ਨਾਮ ਹੋਏਗਾ ਮਤਲਬ ਕਿ ਜਿਸ ਤਰ੍ਹਾਂ ਇਹ ਹੈਗਾ ਇਹ ਪੂਰਾ ਸੈਂਟੈਂਸ ਹੈ ਸੋ ਆਈ ਇਹ ਆਪਾਂ ਦੇ ਰੱਖਿਆ ਨਾ ਇੱਥੇ ਵੀ ਦੇਖੋ ਆਈ ਆਸਕਡ ਇੱਥੇ ਜਾਂ ਤਾਂ ਆਈ ਹੋਏਗਾ ਹੀ ਹੋਏਗਾ ਜਾਂ ਨੇਮ ਹੋਇਆ ਕੋਈ ਵੀ ਉਸ ਤੋਂ ਬਾਅਦ ਆਪਾਂ ਜਾਂ ਆਸਕਡ ਦਾ ਯੂਜ਼ ਕਰਨਾ ਹੈ ਜਾਂ ਟੋਲਡ ਦਾ ਯੂਜ਼ ਕਰਨਾ ਹੈ ਜੇ ਰਿਕੁਐਸਟ ਕਰ ਰਹੇ ਆ ਆਸਕਡ ਜੇਕਰ ਆਰਡਰ ਦੇ ਰਹੇ ਆ ਟੋਲਡ ਉਸ ਤੋਂ ਬਾਅਦ ਹਿਰਰ ਜਿਸ ਨੂੰ ਆਪਾਂ ਰਿਕੁਐਸਟ ਕਰਾਂਗੇ ਜਾਂ ਫਿਰ ਜਿਸ ਨੂੰ ਆਪਾਂ ਆਰਡਰ ਦੇਵਾਂਗੇ ਉਸ ਤੋਂ ਬਾਅਦ ਟੂ ਪਲੱਸ ਵਰਬ ਦੀ ਫਰਸਟ ਫਾਰਮ ਬਾਕੀ ਰੈਸਟ ਪਾਰਟ ਉਹ ਆਪਾਂ ਲਵਾਂਗੇ ਇਹਨਾਂ ਚੋਂ ਜਿੱਥੋਂ ਵਰਬ ਸਟਾਰਟ ਹੁੰਦੀ ਹੋਗੀ ਜਿਸ ਤਰ੍ਹਾਂ ਕਿ ਇਸ ਦੇ ਵਿੱਚ ਹੈ ਇਸ ਦੇ ਵਿੱਚ ਵਰਬ ਸਟਾਰਟ ਹੈ ਮੰਨ ਲਓ ਓਪਨ ਤੋਂ ਹੁੰਦੀ ਹੈ ਇੱਥੇ ਤੱਕ ਆਪਾਂ ਸਾਰਾ ਕੁਝ ਲਿਖਾਂਗੇ ਆਈ ਹੀ ਨੇਮ ਇਹਨਾਂ ਵਿੱਚੋਂ ਇੱਕ ਫਿਰ ਆਸਕੜ ਜਾਂ ਆਰਡਰ ਫਿਰ ਆਪਾਂ टोल्ड ਹਨ आस्कड या टोल्ड मतलब ਇਥੋਂ ਇੱਕ ਚੀਜ਼ ਆਪਾਂ ਦੇਖਾਂਗੇ ਇਹਨਾਂ ਦੇ ਵਿੱਚੋਂ ਜੇ ਆਰਡਰ ਹੈ ਤਾਂ ਟੋल्ड ਜੇ ਰਿਕੁਐਸਟ ਹੈ ਤਾਂ ਆਸਕਡ ਪਲੱਸ ਉਸ ਤੋਂ ਬਾਅਦ ਹੀਰਰ ਜਿਸ ਨੂੰ ਆਪਾਂ ਕੋਈ ਗੱਲ ਇਹ ਕਹਿ ਰਹੇ ਹੋਵਾਂਗੇ ਉਸ ਤੋਂ ਬਾਅਦ ਸ਼ੁਰੂ ਹੁੰਦਾ 2 ਪਲੱਸ ਵਰਬ ਦੀ ਫਰਸਟ ਫਾਰਮ ਬਾਕੀ ਸਾਰਾ ਉਹ ਇਹਨਾਂ ਦੇ ਵਿੱਚੋਂ ਜਿਹੜਾ ਆਪਾਂ ਨੂੰ ਲੱਗੂਗਾ ਬਾਕੀ ਸਾਰਾ ਮਤਲਬ ਕਿ 2 ਪਲੱਸ ਓਪਨ 2 ਓਪਨ ਬਾਕੀ ਪਿਛਲਾ ਆਪਾਂ ਇਥੋਂ ਲਿਖ ਦੇਵਾਂਗੇ ਉਹ ਆਪਾਂ ਨੂੰ ਸੈਂਸ ਦੱਸੇਗੀ ਜਿਸ ਤਰ੍ਹਾਂ ਦੇਖੋ ਕਿਸ ਤਰ੍ਹਾਂ ਪਹਿਲੇ ਦੇ ਵਿੱਚ ਕੀ ਕਹਿ ਰਿਹਾ ਵਿਲ ਜਿਹੜਾ ਵਿਲ ਇੱਕ ਨਾਮ ਹੈ ਵਿਲ ਵਾਸ ਟੇਕਿੰਗ ਅ ਲੌਂਗ ਟਾਈਮ ਟੂ ਗੈਟ ਰੈਡੀ ਜਿਹੜਾ ਵਿਲ ਹੈ ਉਹ ਤਿਆਰ ਹੋਣ ਦੇ ਲਈ ਬਹੁਤ ਜ਼ਿਆਦਾ ਟਾਈਮ ਹੈ ਜਿਹੜਾ ਉਹ ਲੈ ਰਿਹਾ ਸੀ ਸੋ ਆਈ ਹੁਣ ਦੇਖੋ ਜਦੋਂ ਕੋਈ ਤਿਆਰ ਹੋਣ ਦੇ ਲਈ ਜ਼ਿਆਦਾ ਟਾਈਮ ਲਏਗਾ ਤਾਂ ਆਪਾਂ ਉਸ ਨੂੰ ਕੀ ਕਹਾਂਗੇ ਇਹਨਾਂ ਸਾਰਿਆਂ ਦੇ ਵਿੱਚੋਂ ਦੇਖੋ ਸਾਰੇ ਪੜ ਕੇ ਦੇਖੋ ਤੁਹਾਨੂੰ ਲੱਗੇਗਾ ਹਰੀ ਅਪ ਤਾਂਪ ਇਹੀ ਕਹਾਂਗੇ ਨਾ ਕਿ ਹਰੀ ਅਪ ਜਲਦੀ ਕਰੋ ਤਾਂ ਕੀ ਕਿਹਾ ਟਾਈਮ ਮਤਲਬ ਜਿਆਦਾ ਲੈ ਰਿਆ ਸੀ ਤਿਆਰ ਹੋਣ ਦੇ ਲਈ ਸੋ ਆਈ ਤਾਂ ਮੈਂ ਕਿਹਾ ਹੁਣ ਆਪਾਂ ਰਿਕੁਐਸਟ ਥੋੜੀ ਕਹਾਗੇ ਉਸ ਨੂੰ ਟੋਲਡ ਤਾਂ ਆਈ ਤਾਂ ਦੇਖੋ ਇਹਨਾਂ ਦੇ ਵਿੱਚੋਂ ਆ ਗਿਆ ਆਈ ਬਾਕੀ ਆਸਕਰ ਤੇ ਟੋਲਡ ਦੇ ਵਿੱਚੋਂ ਆ ਗਿਆ ਟੋਲਡ ਉਸ ਤੋਂ ਬਾਅਦ ਹਿਰਰ ਆਪਾਂ ਜਿਸ ਨੂੰ ਕਿਹਾ ਕਿਸ ਨੂੰ ਕਿਹਾ ਆਪਾਂ ਨੇ ਵਿਲਨ ਨੂੰ ਕਿਹਾ ਮਤਲਬ ਕਿ ਹਿੰਮ ਲਗਾਤਾ ਉੱਥੇ ਹਿਰਰ ਆ ਗਿਆ ਪਲੱਸ 2 ਪਲੱਸ ਵਰਬ ਦੀ ਫਰਸਟ ਫਾਰਮ ਟੂ ਹਰੀ ਅਪ ਟੂ ਤੋਂ ਬਾਅਦ ਹਰੀ ਵਰਬ ਦੀ ਫਾਰਮ ਹੋ ਗਈ ਟੂ ਲਗਾ ਕੇ ਹਰੀ ਅਪ ਬਾਕੀ ਪਿੱਛੇ ਆ ਗਿਆ ਅਗਲਾ ਦੇਖੋ Sara was driving too fast. ਜਿਹੜੀ ਸਾਰਾ ਉਹ ਬਹੁਤ ਜ਼ਿਆਦਾ ਤੇਜ਼ ਡਰਾਈਵ ਕਰ ਰਹੀ ਸੀ। So I asked, ਦੇਖੋ ਇਹਨਾਂ ਸਾਰਿਆਂ ਨੂੰ ਉੱਪਰਲੇ ਨੂੰ ਪੜ ਕੇ ਦੇਖੋ ਜੇਕਰ ਕੋਈ ਬਹੁਤ ਜ਼ਿਆਦਾ ਮਤਲਬ ਤੇਜ਼ ਡਰਾਈਵ ਕਰੂਗਾ ਤਾਂ ਆਪਾਂ ਉਸ ਨੂੰ ਕੀ ਕਹਾਂਗੇ ਕਿ ਭਾਈ ਸਲੋ ਚੱਲੋ। ਹੁਣ ਇਹਨਾਂ ਸਾਰਿਆਂ ਜੋ ਬੜ ਕੇ ਕੋਈ ਵੀ ਫਿੱਟ ਨਹੀਂ ਹੋਏਗਾ। ਦੇਖੋ ਸਿਰਫ ਇਹ ਹੋਊਗਾ ਪਲੀਜ਼ ਸਲੋ ਡਾਊਨ। ਪਲੀਜ਼ ਸਲੋ ਡਾਉਨ ਇੱਥੇ ਮੇਨ ਵਰਬ ਦੀ ਫਾਰਮ ਹੈ ਸਲੋ ਆਪਾਂ 2 ਪਲੱਸ ਸਲੋ ਕਰਾਂਗੇ ਬਾਕੀ ਆਪਾਂ ਇਹਨਾਂ ਦੇ ਵਿੱਚੋਂ ਫਾਰਮੈਲਿਟੀਜ਼ ਦੇਖੋ ਕਰਾਂਗੇ ਸਭ ਤੋਂ ਪਹਿਲਾਂ ਸਾਰਾ ਸਭ ਤੋਂ ਪਹਿਲਾਂ ਸੋ ਆਈ ਇਹਨਾਂ ਚੋਂ ਆਈ ਪਹਿਲਾਂ ਇਹਨਾਂ ਨੇ ਲਾ ਕੇ ਦਿੱਤਾ ਆਸਕਡ ਵੀ ਆ ਗਿਆ ਕਿਉਂਕਿ ਸਲੋਕ ਆਪਾਂ ਨੂੰ ਰਿਕੁਐਸਟੇ ਕਰਾਂਗੇ ਭਈ ਸਲੋ ਚੱਲ ਪੈ ਰਿਕੁਐਸਟ ਕਰ ਰਹੇ ਆ ਆਸਕਡ ਆ ਗਿਆ ਉਸ ਤੋਂ ਬਾਅਦ ਹੇਰਰ ਕੌਣ ਹੈ ਸਾਰਾ ਮਤਲਬ ਕਿ ਹਰ ਸੋ ਆਈ ਆਸਕਡ ਹਰ ਉਸ ਤੋਂ ਬਾਅਦ 2 ਪਲੱਸ ਵਰਬ ਦੀ ਫਰਸਟ ਫਾਰਮ ਜਿਹੜਾ ਆਪਾਂ ਪ੍ਰੋ ਲੈ ਕੇ ਆਵਾਂਗੇ 2 ਆ ਗਿਆ ਉਸ ਤੋਂ ਬਾਅਦ ਸਲੋ ਆ ਗਿਆ 2 ਸਲੋ ਡਨ ਦੇਖੋ ਕੰਪਲੀਟ ਹੋ ਗਿਆ ਆਈ ਹੋਪ ਕਿ ਤੁਹਾਨੂੰ ਸਮਝ ਆ ਰਹੀ ਹੈ ਫੋਰਥ ਦੇਖੋ ਆਈ ਕੁਡਨਟ ਮੂਵ ਦਾ ਪਿਆਨੋ ਅਲੋਨ ਕਹਿੰਦਾ ਮੈਂ ਕੱਲਾ ਜਿਹੜਾ ਪਿਆਨੋ ਹੈ ਉਸ ਨੂੰ ਨਹੀਂ ਸ਼ਾਇਦ ਆਪਾਂ ਇਹ ਰਹਿ ਗਿਆ ਆਪਣਾ ਥਰਡ ਰਹਿ ਗਿਆ ਸੌਰੀ ਸੂਈ ਵਾਸ ਨਰਵਸ ਅਬਾਊਟ ਦਾ ਸਿਚੁਏਸ਼ਨ ਜਿਹੜੀ ਸੂਈ ਹੈ ਉਹ ਸਿਚੁਏਸ਼ਨ ਦੇ ਬਾਰੇ ਨਰਵਸ ਸੀ ਥੋੜੀ ਮਤਲਬ ਉਸ ਨੂੰ ਥੋੜਾ ਡਰ ਲੱਗ ਰਿਹਾ ਸੀ ਕਿਸੇ ਪ੍ਰਸਥਿਤੀ ਤੋਂ ਹੁਣ ਜਦੋਂ ਕਿਸੇ ਨੂੰ ਡਰ ਲੱਗੂਗਾ ਤਾਂ ਆਪਾਂ ਉਸ ਨੂੰ ਉਪਰਲੇ ਨੇ ਵਿੱਚੋਂ ਕੀ ਕਹਾਂਗੇ ਮਾਈਂਡ ਯੂਅਰ ਔਨ ਬਿਜ਼ਨਸ ਨੇ ਇਸ ਤਰ੍ਹਾਂ ਨਹੀਂ ਕਹਾਂਗੇ ਜਾਂ ਫਿਰ ਡੋਂਟ ਵੇਟ ਫੋਰ ਮੀ ਇਫ ਆਈ ਐਮ ਲੇਟ ਇਹ ਤਾਂ ਕੋਈ ਟੁਗਮਾਨੀ ਹੈਗਾ ਜਾਂ ਫਿਰ ਵਿਲ ਯੂ ਮੈਰੀ ਮੀ ਦੇਖੋ ਇਹ ਵੀ ਨਹੀਂ ਕਹਿ ਸਕਦੇ ਆਪਾਂ ਕੀ ਕਹਾਂ ਡੋਂਟ ਵਰੀ ਸੂਈ ਡੋਂਟ ਵਰੀ ਸੂਈ ਵਰੀ ਵਰਬ ਦੀ ਫਾਰਮ ਹੈ ਟੂ ਵਰੀ ਆਪਾਂ ਇੱਥੇ ਕਰਾਂਗੇ ਟੂ ਵਰੀ ਤੋਂ ਬਾਅਦ ਅਗਲਾ ਲਿਖਾਂਗੇ ਡੋਂਟ ਵਰੀ ਸੂਈ ਤਾਂ ਪਤਾ ਚੱਲ ਗਿਆ ਹੁਣ ਆਪਾਂ ਅੱਗੇ ਆਈ ਹੀ ਤੇ ਆਪਣਾ ਜਾਂ ਕੋਈ ਨੇਮ ਹੋਵੇ ਉਹਦੇ ਵਿੱਚੋਂ ਆਪਾਂ ਕੀ ਯੂਜ਼ ਕਰਾਂਗੇ ਸੂਈ ਹੈ ਆਈ ਟੋਲਡ ਇਹ ਨਾਲ ਲਾ ਕੇ ਆਪਾਂ ਨੂੰ ਪਹਿਲਾਂ ਦਿੱਤਾ ਹੈ ਆਈ ਲਾਤਾ ਆਸਕਡ ਅਤੇ ਟੋਲਡ ਦੇ ਵਿੱਚੋਂ ਟੋਲਡ ਲਾਤਾ ਕਿਉਂਕਿ ਆਪਾਂ ਰਿਕੁਐਸਟ ਥੋੜੀ ਕਰਾਂਗੇ ਕਿਸੇ ਨੂੰ ਕਿ ਟੈਨਸ਼ਨ ਨਾ ਲੋ ਹਨਾ ਤਾਂ ਕਰਕੇ ਟੋਲਡ ਲਾਤਾ ਉਸ ਤੋਂ ਬਾਅਦ ਇਹ ਚੀਜ਼ ਆਪਾਂ ਕਿਸ ਨੂੰ ਕਹਿ ਰਹੇ ਹਾਂ ਵੀ ਵਰੀ ਵੀ ਮਤਲਬ ਚਿੰਤਾ ਨਾ ਕਰੋ ਆਪਾਂ ਸੁਈ ਨੂੰ ਕਹਿ ਰਹੇ ਹਾਂ ਮਤਲਬ ਕਿ ਹਰ ਹਰ ਆ ਗਿਆ ਆਈ ਟੋਲਡ ਹਰ ਉਸ ਤੋਂ ਬਾਅਦ ਆਪਾਂ ਕਹਾਂਗੇ ਡੋਂਟ ਵਰੀ ਉੱਥੇ ਕੇ ਟੈਨਸ਼ਨ ਨਾ ਲਵੋ ਤਾਂ ਕਰਕੇ ਨਾਟ ਆਊਗਾ ਹੁਣ ਇੱਥੇ ਕੱਲਾ ਨਾਟ ਲਾਇਆ ਆਪਾਂ ਇੱਥੇ ਡੋਂਟ ਜਾਂ ਫਿਰ ਡਿਡਨਟ ਨਹੀਂ ਲਗਾ ਸਕਦੇ ਹਾਲਾਂਕਿ ਆਪੋ ਚੇਂਜਸ ਕਰਾਂਗੇ ਜੇਕਰ ਇਸ ਐਮ ਆਰ ਐ ਵਾਜ਼ ਵਰ ਵਗੈਰਾ ਸਭ ਕੁਝ ਆਪਾਂ ਨੇ ਕਰਨਾ ਹੈ ਬਟ ਡੋਂਟ ਹੈ ਆਪਾਂ ਇੱਥੇ ਡਿਡਨਟ ਕਿਉਂ ਨਹੀਂ ਕਰ ਸਕਦੇ ਕਿਉਂਕਿ ਐਵੇਂ ਥੋੜੀ ਕਹਾਂਗੇ ਆਈ ਟੋਲਡ ਹਰ ਡਿਡਨਟ ਟੂ ਮੈਰੀ ਡਿਡਨਟ ਟੂ ਮੈਰੀ ਨਹੀਂ ਪਾਸਟ ਤਾਂ ਪਹਿਲੀ ਹੋ ਗਿਆ ਟੋਲਡ ਸਿਰਫ ਨਾਟ 네ਗੇਟਿਵ ਆਈ ਟੋਲਡ ਹਰ ਨਾਟ ਟੂ ਵਰੀ ਨਾਟ ਟੂ ਵਰੀ ਬਸ 8 ਕਦਮ ਅੱਗੇ ਚੌਥਾ ਦੇਖੋ ਆਈ ਕੁਡਨਟ ਮੂਵ ਦਾ ਪਿਆਨੋ ਅਲੋਨ ਮੈਂ ਕੱਲਾ ਪਿਆਨੋ ਨੂੰ ਮੂਵ ਨਹੀਂ ਕਰ ਸਕਿਆ ਮਤਲਬ ਕਿ ਹੈਵੀ ਸੀਗਾ ਸੋ ਆਈ ਉਸ ਤੋਂ ਬਾਅਦ ਦੇਖੋ ਜੇਕਰ ਕੋਈ ਆਪਾਂ ਪਿਆਨੋ ਨੂੰ ਮੂਵ ਨਹੀਂ ਕਰ ਸਕੇ ਤਾਂ ਆਪਾਂ ਕਿਸੇ ਨੂੰ ਕੀ ਕਹਾਂਗੇ ਵਿਲ ਯੂ ਮੈਰੀ ਮੀ ਕਹਾਂਗੇ ਜਾਂ ਫਿਰ ਆਪਾਂ ਇਹ ਕਹਾਂਗੇ ਕੁਡ ਯੂ ਗੈਟ ਮੀ ਆ ਪੇਪਰ ਮੈਨੂੰ ਪੇਪਰ ਲੈ ਕੇ ਦੇ ਦੇਖੋ ਇਹ ਕਹਾਂਗੇ ਇੱਥੇ ਕੀ ਹੈ ਡੂ ਯੂ ਥਿੰਕ ਯੂ ਕੁਡ ਗਿਵ ਮੀ a hand tom give me a hand ਦਾ ਮਤਲਬ ਹੁੰਦਾ ਹੈ ਮਦਦ ਕਰਨੀ ਮਤਲਬ ਮੇਨ ਫਾਰਮ ਹੈ ਜਿਹੜੀ ਇੱਥੋਂ ਚੱਕਾਂਗੇ ਗਿਵ ਇਸ ਤੋਂ ਪਹਿਲਾਂ ਆਪਾਂ ਟੂ ਦਾ ਯੂਜ਼ ਆ ਜਿਹੜਾ ਉਹ ਕਰਾਂਗੇ ਬਟ ਉਸ ਤੋਂ ਅੱਗੇ ਸਾਰਾ ਕੁਝ ਜਿਹੜੇ ਫਾਰਮੈਲਿਟੀਜ਼ ਨੇ ਆਪਾਂ ਲਗਾ ਲਾਂਗੇ ਦੇਖੋ ਸਭ ਤੋਂ ਪਹਿਲਾਂ ਆਈ ਕੁਡਨਟ ਮੂਵ ਦਾ ਪਿਆਨੋ ਅਲੋਨ ਸੋ ਆਈ ਆਈ ਨੇ ਲੱਗ ਦਿੱਤਾ ਸੋ ਆਈ ਹੁਣ ਆਪਾਂ ਜਦੋਂ ਕਿਸੇ ਤੋਂ ਕਹਾਂਗੇ ਵੀ ਮੇਰੇ ਤੋਂ ਪਿਆਨੋ ਚੱਕਿਆ ਨਹੀਂ ਯਾਰਿਆ ਆਪਾਂ ਐਟਮੀਦ ਮਦਦ ਲੈ ਰਹੇ ਕਿਸੇ ਦੀ ਤਾਂ ਆਸਕੜ ਆ ਗਿਆ ਇਹਦੇ ਵਿੱਚੋਂ ਆਸਕੜ ਆ ਗਿਆ ਤਾਂ ਹੇਰਣ ਕੌਣ ਹੈ ਟੌਮ so i asked tom ਆਪਾਂ ਨੇ ਟੌਮ ਨੂੰ ਕਿਹਾ ਕਿਉਂਕਿ ਟੌਮ ਤੋਂ ਮਦਦ ਲੈ ਰਹੇ ਆ ਆਪਾਂ ਲੈ ਰਹੇ ਆ ਠੀਕ ਹੈ ਆਪਾਂ ਲੈ ਰਹੇ ਮਦਦ ਟੌਮ ਤੋਂ ਟੌਮ ਤੋਂ ਮਦਦ ਲਈ ਜਾ ਰਹੀ ਹੈ ਨਾ ਦੇਖੋ ਟੌਮ ਤਾਂ ਟੌਮ ਆ ਗਿਆ ਉਸ ਤੋਂ ਬਾਅਦ ਟੂ ਪਲੱਸ ਵਰਬ ਦੀ ਫਰਸਟ ਫਾਰਮ ਟੂ ਗਿਵ ਮੀ ਅ ਹੈਂਡ ਦੇਖੋ ਟੂ ਗਿਵ ਮੀ ਅ ਹੈਂਡ ਬਾਕੀ ਸਾਰਾ ਆ ਗਿਆ ਅਗਲਾ ਪੰਜਵਾਂ ਦ ਸਿਕਿਉਰਿਟੀ ਗਾਰਡ ਲੁੱਕਡ ਐਟ ਮੀ ਸਸਪੀਸ਼ੀਅਸਲੀ ਜਿਹੜਾ ਸਿਕਿਉਰਿਟੀ ਗਾਰਡ ਆ ਉਹ ਮੇਰੀ ਤਰਫ ਸ਼ੱਕ ਦੀ ਨਿਗਾਹ ਦੇ ਨਾਲ ਉਸਨੇ ਦੇਖਿਆ ਐਂਡ ਅਤੇ ਉਸਨੇ ਕੀ ਕਿਹਾ ਅਤੇ ਮੈਨੂੰ ਮਤਲਬ ਮੈਨੂੰ ਜਦੋਂ ਕੋਈ ਆਪਾਂ ਨੂੰ ਕੋਈ ਬੈਗ ਬੂਗ ਆਪਣਾ ਚੈੱਕ ਕਰਾਉਣ ਲਈ ਹਨਾ ਕਿਉਂਕਿ ਸਿਕਿਉਰਿਟੀ ਗਾਰਡ ਆ ਦੇਖੋ ਇਸ ਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਆਏਗਾ ਕੈਨ ਯੂ ਓਪਨ ਯੋਰ ਬੈਗ ਪਲੀਜ਼ ਸਿਕਿਉਰਿਟੀ ਵਾਲਾ ਆਪਣਾ ਬੈਗ ਹੀ ਚੈੱਕ ਕਰੇਗਾ ਔਰ ਜਦੋਂ ਕੋਈ ਵੀ ਆਪਣੀ ਚੈਕਿੰਗ ਕਰਦਾ ਹੈ ਤਾਂ ਰਿਕੁਐਸਟ ਕਰਕੇ ਹੀ ਕਰਦਾ ਕਦੇ ਵੀ ਹੈ ਤਾਂ ਆਸਕਡ ਯੂਜ਼ ਕਰਾਂਗੇ ਸਸਪੀਸ਼ੀਅਸ ਐਂਡ ਆਸਕਡ ਅਤੇ ਕਿਹਾ ਉਸਨੇ ਔਰ ਕਿਹਾ ਕਿਸ ਨੂੰ ਆਸਕਡ ਮੀ ਮੈਨੂੰ ਕਿਹਾ ਨਾ ਆਪਾਂ ਨੂੰ ਕਹਿ ਰਿਹਾ ਮਤਲਬ ਕਿ ਕੈਨ ਯੂ ਓਪਨ ਯੋਰ ਬੈਗ ਆਪਾਂ ਨੂੰ ਇਹ ਗੱਲ ਕਹੀ ਸੀ ਸਿਕਿਉਰਿਟੀ ਗਾਰਡ ਨੇ ਕੈਨ ਯੂ ਓਪਨ ਯੋਰ ਬੈਗ ਮਤਲਬ ਇੱਥੇ ਆਪਾਂ ਖੁਦ ਗੱਲ ਕਰ ਰਹੇ ਹਾਂ ਕਿ ਮੈਨੂੰ ਕਿਹਾ ਆਸਕਡ ਮੀ ਮੈਨੂੰ ਕਿਹਾ ਕੀ ਕਿਹਾ ਟੂ ਓਪਨ ਟੂ ਤੋਂ ਬਾਅਦ ਓਪਨ ਅਗਾ ਟੂ ਓਪਨ ਉਸਨੇ ਕਹਾਈ ਦੀ ਯੋਰ ਬੈਗ ਤਾਂ ਇੱਥੇ ਹੁਣ ਆਪਾਂ ਖੁਦ ਆਪਣੀ ਗੱਲ ਦੱਸ ਰਿਹਾ ਮਤਲਬ ਕਿ ਟੂ ਓਪਨ ਕਿਦਰ ਗਿਆ ਟੂ ਓਪਨ ਮਾਈ ਬੈਗ ਟੂ ਓਪਨ ਮਾਈ ਬੈਗ ਕਿਉਂਕਿ ਉਸਨੇ ਆਪਾਂ ਨੂੰ ਕਿਹਾ ਸੀ ਯੋਰ ਬੈਗ ਜਦੋਂ ਹੁਣ ਆਪਾਂ ਆਪਣੀ ਗੱਲ ਖੁਦ ਦੱਸਾਂਗੇ ਫਿਰ ਤਾਂ ਆਪਾਂ ਇਹੀ ਕਹਾਂਗੇ ਨਾ ਕਿ ਉਸਨੇ ਮੈਨੂੰ ਕਿਹਾ ਕਿ ਮੇਰਾ ਬੈਗ ਮੈਂ ਖੋਲਾਂ ਤਾਂ ਕਰਕੇ ਟੂ ਓਪਨ ਮਾਈ ਬੈਗ ਛੇਵਾਂ ਦੇਖੋ Tom was going to the shop. ਯਰ ਟਾਮ ਹੈ ਦੁਕਾਨ ਤੇ ਜਾ ਰਿਹਾ ਹੈ ਸੋ ਆਈ। ਹੁਣ ਦੇਖੋ ਜਦੋਂ ਕੋਈ ਦੁਕਾਨ ਤੇ ਜਾ ਰਿਹਾ ਆਪਾਂ ਉਸ ਤੋਂ ਕੀ ਮੰਗਾ ਸਕਦੇ ਹਾਂ? ਸਾਰੇ ਪੜ੍ਹ ਕੇ ਦੇਖੋ ਹਰੀ ਅਪ, ਪਲੀਜ਼ ਸਲੋ ਡਾਊਨ ਤਾਂ ਕੁਝ ਵੀ ਨਹੀਂ। ਵਿਲ ਯੂ ਮੈਰੀ ਮੀ ਕੁਝ ਵੀ ਨਹੀਂ। ਦੇਖੋ ਕੈਨ ਯੂ ਗੈਟ ਮੀ ਅ ਪੇਪਰ? ਕੁਡ ਯੂ ਸੌਰੀ ਕੁਡ ਯੂ ਗੈਟ ਮੀ ਅ ਪੇਪਰ? ਇੱਥੇ ਗੈਟ ਵਰਬ ਦੀ ਫਾਰਮ ਹੈ ਇਸ ਤੋਂ ਪਹਿਲਾਂ 2 ਦਾ। 2 ਗੈਟ ਇਸ ਤੋਂ ਪਹਿਲਾਂ ਆਪਾਂ ਯੂਜ਼ ਕਰਾਂਗੇ। ਹੁਣ ਦੇਖੋ 2 ਗੈਟ ਆਏਗਾ ਬਟ ਉਸ ਤੋਂ ਪਹਿਲਾਂ ਬਾਕੀ ਸਾਰੇ ਲਗਾ ਲਓ। ਉਸ ਤੋਂ ਪਹਿਲਾਂ ਆਏਗਾ ਸੋ ਆਈ। ਆਇਆ ਗਿਆ ਹੁਣ ਜਦੋਂ ਕਿਸੇ ਤੋਂ ਕੋਈ ਚੀਜ਼ ਮੰਗਾਵਾਂਗੇ ਤਾਂ ਆਪਾਂ ਰਿਕੁਐਸਟ ਕਰਾਂਗੇ ਆਸਕ। ਆਸਕਾ ਗਿਆ ਕਿਸ ਨੂੰ ਆਪਾਂ ਨੇ ਆਸਕਡ ਇਹ ਰਿਕੁਐਸਟ ਕਿਸ ਨੂੰ ਕੀਤੀ ਟੌਮ ਨੂੰ ਮਤਲਬ ਕਿ ਹਿਮ ਕਿਉਂਕਿ ਟੌਮ ਇੱਥੇ ਪਹਿਲਾਂ ਦਿੱਤਾ ਪਿਆ ਟੌਮ ਵਾਸ ਗੋਇੰਗ ਟੂ ਸ਼ਾਪ ਸੋ ਆਈ ਐਸਲੀ ਮੈਂ ਕਿਸ ਨੂੰ ਰਿਕੁਐਸਟ ਕਰਦਾ ਟੌਮ ਨੂੰ ਹਿਮ ਟੂ ਗੈਟ ਮੀ ਅ ਪੇਪਰ ਟੂ ਗੈਟ ਮੀ ਅ ਪੇਪਰ ਸੱਤਵਾਂ ਦ ਮੈਨ ਸਟਾਰਟਡ ਆਸਕਿੰਗ ਮੀ ਪਰਸਨਲ ਕੁਐਸਚਨਸ ਇੱਕ ਆਦਮੀ ਨੇ ਮੈਨੂੰ ਪਰਸਨਲ ਕੁਐਸਚਨਸ ਨੇ ਜਿਹੜੇ ਪੁੱਛਣੇ ਉਹ ਸ਼ੁਰੂ ਕਰਤੇ ਹੁਣ ਜਦੋਂ ਆਪਾਂ ਨੂੰ ਕੋਈ ਪਰਸਨਲ ਕੁਐਸਚਨ ਪੁੱਛ ਰਿਹਾ ਹੈ ਤਾਂ ਸਾਰਿਆਂ ਦੇ ਵਿੱਚੋਂ ਆਪਾਂ ਕੀ ਕਹਾਂਗੇ ਆਪਾਂ ਇਹ ਕਹਿ ਸਕਦੇ ਹਾਂ ਮਾਈਂਡ ਯਰ ਓਨ ਬਿਜ਼ਨਸ ਮਾਈਂਡ ਹੀ ਵਰਬ ਦੀ ਫਾਰਮ ਹੈ ਇਸ ਤੋਂ ਹੀ ਪਹਿਲਾਂ ਟੂ ਦਾ ਆਪਾਂ ਯੂਜ਼ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਲਗਾ ਲਓ ਸਾਰੇ ਸਭ ਤੋਂ ਪਹਿਲਾਂ ਸੋ ਆਈ ਆਈ ਆ ਗਿਆ ਹੁਣ ਆਪਾਂ ਕਿਸੇ ਨੂੰ ਰਿਕੁਐਸਟ ਨਹੀਂ ਕਰ ਰਹੇ ਤਾਂ ਟੋਲਡ ਸੋ ਆਈ ਟੋਲਡ ਆਪਾਂ ਕਿਸੇ ਨੂੰ ਕਿਹਾ ਉਸ ਆਦਮੀ ਨੂੰ ਮਤਲਬ ਕਿ ਦ ਮੈਨ ਨੂੰ ਹਿਮ ਕੀ ਕਿਹਾ ਟੂ ਮਾਈਂਡ ਟੂ ਮਾਈਂਡ ਆ ਗਿਆ ਟੂ ਮਾਈਂਡ ਦੇਖੋ ਇੱਥੇ ਹੈਗਾ ਯੋਰ ਓਨ ਬਿਜ਼ਨਸ ਹੁਣ ਆਪਾਂ ਇੱਥੇ ਕਹਾਂਗੇ ਯੋਰ ਓਨ ਬਿਜ਼ਨਸ ਦੀ ਥਾਂ ਤੇ ਸੋ ਆਈ ਟੋਲਡ ਹਿਮ ਆਪਾਂ ਉਸ ਨੂੰ ਕਿਹਾ ਸੀ ਨਾ ਹਿਮ ਸੋ ਆਈ ਟੋਲਡ ਹਿਮ ਟੂ ਮਾਈਂਡ ਇਹ ਹਿਮ ਹੈ ਤਾਂ ਹਿਮ ਦਾ ਹੀ ਇੱਥੇ ਪੋਜ਼ੈਸਿਵ ਲਿਖਾਂਗੇ ਹਿਜ਼ ਓਨ ਬਿਜ਼ਨਸ ਇਸ ਕਰਕੇ ਇੱਥੇ ਹਿਜ਼ ਆਇਆ ਕਿਉਂਕਿ ਆਪਾਂ ਹਿਮ ਉਸ ਨੂੰ ਕਹਿ ਰਹੇ ਆ ਤਾਂ ਹਿਮ ਦਾ ਹੀ ਪੋਜ਼ੈਸਿਵ ਹਿਮ ਦਾ ਪੋਜ਼ੈਸਿਵ ਕਿਸ ਤਰ੍ਹਾਂ ਜਿਸ ਤਰ੍ਹਾਂ ਕਿ ਹੀ ਹਿਮ ਹਿਜ਼ ਹਿਮਸੈਲਫ ਉਹ ਜਿਹੜਾ ਚਾਰਟ ਹੁੰਦਾ ਸਾਰਾ ਤਾਂ ਕਰਕੇ ਇੱਥੇ ਹਿਸ ਔਨ ਬਿਜ਼ਨਸ ਆਏਗਾ ਅੱਠਵਾਂ ਜੌਨ ਵਾਸ ਇਨ ਲਵ ਵਿਦ ਮੈਰੀਨ ਜਿਹੜਾ ਜੌਨ ਹੈ ਮੈਰੀਨ ਨਾਲ ਮਤਲਬ ਪਿਆਰ ਦੇ ਵਿੱਚ ਹੈ ਸੋ ਹੀ ਉਸ ਤੋਂ ਬਾਅਦ ਜਦੋਂ ਕਿਸੇ ਨਾਲ ਕੋਈ ਪਿਆਰ ਕਰਦਾ ਹੈ ਤਾਂ ਵਿਲ ਯੂ ਮੈਰੀ ਮੀ ਹੀ ਕਹੇਗਾ ਵਿਲ ਯੂ ਮੈਰੀ ਮੀ ਮੈਰੀ ਵਰਬ ਦੀ ਫਾਰਮ ਹੈ ਇਸ ਤੋਂ ਪਹਿਲਾਂ ਟੂ ਲੱਗੇਗਾ ਹੁਣ ਪਿਆਰ ਦੇ ਲਈ ਜਦੋਂ ਆਪਾਂ ਪ੍ਰਪੋਜ਼ ਕਰਦੇ ਤਾਂ ਰਿਕੁਐਸਟ ਹੀ ਕਰਦੇ ਆ ਤਾਂ ਕਰਕੇ ਸੋ ਹੀ ਆਸਕਡ ਹਰ ਮਤਲਬ ਕਿ ਜੌਨ ਨੇ ਆਸਕਡ ਹਰ ਮੈਰੀਨ ਨੂੰ ਪ੍ਰਪੋਜ਼ ਕੀਤਾ ਸੋ ਹੀ ਆਸਕਡ ਕਿਸ ਨੂੰ ਬਿਲਿਊ ਮੈਰੀ ਮੀ ਕਿਸ ਨੂੰ ਕਿਹਾ ਹਰ ਮਤਲਬ ਕਿ ਮੈਰੀ ਨੂੰ ਆਸਕੜ ਹਰ ਉਸ ਤੋਂ ਬਾਅਦ ਟੂ ਮੈਰੀ ਇਹ ਅਗਾ ਟੂ ਮੈਰੀ ਉਸ ਤੋਂ ਬਾਅਦ ਇੱਥੇ ਉਸਨੇ ਕਿਹਾ ਸੀ ਟੂ ਮੈਰੀ ਮੀ ਹੁਣ ਆਪਾਂ ਇੱਥੇ ਉਸ ਦੀ ਗੱਲ ਦੱਸ ਰਹੇ ਹਾਂ ਉਸ ਬੰਦੇ ਦੀ ਇੱਥੇ ਤਾਂ ਉਸਨੇ ਖੁਦ ਕਿਹਾ ਸੀ ਉਸ ਨੂੰ ਬਿਲਿਊ ਮੈਰੀ ਮੀ ਇੱਥੇ ਆਪਾਂ ਉਸ ਦੂਸਰੇ ਬੰਦੇ ਦੀ ਥਰਡ ਪਰਸਨ ਦੀ ਗੱਲ ਕਰ ਰਹੇ ਹਾਂ ਕਿਸ ਦੀ ਕਰ ਰਹੇ ਹਾਂ ਹੀ ਦੀ ਹੀ ਦੀ ਤਾਂ ਹੀ ਦਾ ਹੀ ਇੱਥੇ ਹਿਮ ਆਏਗਾ ਸੋ ਹੀ ਆਸਕੜ ਹਰ टू मेरी हिम्मतਾਂ ਕਰਕੇ ਇੱਥੇ ਹਿੰਮਾ ਆ ਨੌਵਾਂ ਆਈ ਡਿਡਨਟ ਵਾਂਟ ਟੂ ਡਿਲੇ ਹੈਲਨ ਕਹਿੰਦਾ ਮੈਂ ਹੈਲਨ ਨੂੰ ਲੇਟ ਨਹੀਂ ਕਰਵਾਉਣਾ ਚਾਹੁੰਦਾ ਸੋ ਆਈ ਇਸ ਲਈ ਮੈਂ ਉਸ ਨੂੰ ਕੀ ਕਿਹਾ ਡੋਂਟ ਵੇਟ ਫॉर ਮੀ ਇਫ ਆਈ ਆਮ ਲੇਟ ਵੇਟ ਵਰਬ ਦੀ ਫਾਰਮ ਹੈ ਇਸ ਕੋਲ ਟੂ ਲਗਾਵਾਂਗੇ ਤਾਂ ਕੀ ਕਿਹਾ ਸੋ ਆਈ ਟੋਲਡ ਮੈਂ ਉਸ ਨੂੰ ਕਿਹਾ ਕਿਸ ਨੂੰ ਹੈਲਨ ਨੂੰ ਤਾਂ ਹਰ ਸੋ ਆਈ ਟੋਲਡ ਹਰ ਨਾਟ ਟੂ ਕਿਉਂਕਿ ਡੋਂਟ ਹੈ ਇੱਥੇ ਤਾ ਕਰਕੇ ਟੋਲਡ ਆਪਾਂ ਪਹਿਲਾਂ ਲਗਾ ਚੁੱਕੇ ਇੱਥੇ ਹਰ ਤੋਂ ਬਾਅਦ ਡੋਂਟ ਟੂ ਡੋਂਟ ਟੂ ਨਹੀਂ ਆਪਾਂ ਕਹਿ ਸਕਦੇ ਜਾਂ ਡਿਡਨਟ ਟੂ ਨਹੀਂ ਕਹਿ ਸਕਦੇ ਸਿੱਧਾ 네ਗੇਟਿਵ ਹੈ ਨਾਟ ਜਿਸ ਤਰ੍ਹਾਂ ਉੱਪਰ ਕਰਿਆ ਸੀਗਾ ਸੋ ਆਈ ਟੋਲਡ ਹਰ ਨਾਟ ਟੂ ਵੇਟ ਫਾਰ ਮੀ ਇਫ ਆਈ ਵਾਸ ਲੇਟ ਇੱਥੇ ਆਈ ਐਮ ਹੈ ਤਾਂ ਕਰਕੇ ਆਪੋ ਉਸ ਦਾ ਪਾਸਟ ਕਰਦੇ ਹੋਣੇ ਇਸ ਦਾ ਮਰਦਾ ਵਾਸ ਵਰ ਇਫ ਆਈ ਵਾਸ ਲੇਟ ਸੋ ਇਸ ਤਰ੍ਹਾਂ ਸਾਰੇ ਬਣਨਗੇ ਥੋੜਾ ਹੋ ਸਕਦਾ ਹੈ ਜਦੋਂ ਆਪਾਂ ਬਣਾਉਣਿਆਂ ਥੋੜਾ ਬੰਦਾ ਪਜ਼ਲ ਹੋਵੇ ਪਰ ਜੇਕਰ ਨੋਟਬੁੱਕ ਦੇ ਉੱਪਰ ਤੁਸੀਂ ਖੁਦ ਕੱਲੇ-ਕੱਲੇ ਨੂੰ ਬਣਾ ਕੇ ਦੇਖੋਗੇ ਸਮਝੋਗੇ ਕਿਸ ਤਰ੍ਹਾਂ ਆਇਆ ਸਾਰੇ ਰੂਲਸ ਤੁਹਾਨੂੰ ਪਤਾ ਹੋਣਗੇ ਪਿਛਲੇ ਵੀ ਤਾਂ ਆਸਾਨੀ ਦੇ ਨਾਲ ਤੁਸੀਂ ਇਸ ਨੂੰ ਬਣਾ ਸਕਦੇ ਹੋ ਸੋ ਏਸੀ ਆਪਣੀ ਯੂਨਿਟ ਨੰਬਰ 48 ਸੋ ਜੇਕਰ ਸਮਝ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਔਰੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ